ਸਤਿ ਸ਼੍ਰੀ ਅਕਾਲ ਦੋਸਤੋ। ਤਾਂ ਦੋਸਤੋ ਅੱਜ ਹੋਵੇਗਾ ਕੈਨੇਡਾ ਵਿਖੇ ਵੱਡਾ ਵਰਲਡ ਕਬੱਡੀ ਕੱਪ, ਜਿਸ ਦੇ ਵਿੱਚ ਦੋਸਤੋ ਅੱਜ ਚੋਟੀ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹਿੱਸਾ ਲੈਣਗੇ। ਤਾਂ ਦੋਸਤੋ ਇਹ ਕਬੱਡੀ ਕੱਪ ਇਸ ਸਟੇਡੀਅਮ ਦੇ ਵਿੱਚ ਖੇਡਿਆ ਜਾਵੇਗਾ, ਜੋ ਕਿ ਦੋਸਤੋ ਇਹ ਬਹੁਤ ਹੀ ਖੂਬਸੂਰਤ ਸਟੇਡੀਅਮ ਹੈ। ਬਾਕੀ ਦੋਸਤੋ ਇਸ ਕਬੱਡੀ ਕੱਪ ਦੇ ਲਈ ਧੜਾਧੜ ਟਿਕਟਾਂ ਵਿਕ ਚੁੱਕੀਆਂ ਨੇ। ਇਸ ਤੋਂ ਇਲਾਵਾ ਦੋਸਤੋ ਖਿਡਾਰੀ ਵੀ ਪੂਰੀ ਤਰ੍ਹਾਂ ਤਿਆਰ ਨੇ ਆਪਣਾ ਲਾਈਵ ਐਕਸ਼ਨ ਦਿਖਾਉਣ ਦੇ ਲਈ। ਬਾਕੀ ਦੋਸਤੋ ਇਸ ਵਰਲਡ ਕਬੱਡੀ ਕੱਪ ਦੇ ਲਈ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਨੇ। ਜਿੱਥੋਂ ਤੱਕ ਦੋਸਤੋ ਇਸ ਕਬੱਡੀ ਕੱਪ ਦੇ ਵਿੱਚ ਟੀਮਾਂ ਦਾ ਸਵਾਲ ਹੈ, ਤਾਂ ਇਸ ਕਬੱਡੀ ਕੱਪ ਦੇ ਵਿੱਚ 6 ਟੀਮਾਂ ਹਿੱਸਾ ਲੈਣਗੀਆਂ, ਜਿਸ ਦੇ ਵਿੱਚ ਇੰਡੀਆ, USA, ਇੰਗਲੈਂਡ, ਕੈਨੇਡਾ ਈਸਟ, ਕੈਨੇਡਾ ਵੈਸਟ ਅਤੇ ਯੂਰਪ ਦੀਆਂ ਟੀਮਾਂ ਹਿੱਸਾ ਲੈਣਗੀਆਂ। ਸੋ ਦੋਸਤੋ ਇਹਨਾਂ ਟੀਮਾਂ ਦੇ ਵਿੱਚ ਚੋਟੀ ਦੇ ਅੰਤਰਰਾਸ਼ਟਰੀ ਖਿਡਾਰੀ ਹਿੱਸਾ ਲੈਣਗੇ, ਜਿਵੇਂ ਕਿ ਦੋਸਤੋ ਖੁਸ਼ੀ ਦੁੱਗਾ ਵਾਲਾ, ਸੁਲਤਾਨ ਸ਼ਮਸ਼ਪੁਰ, ਮੰਗੀ ਬੱਗਾ ਪਿੰਡ, ਜੱਗਾ ਚਿੱਟੀ, ਅੰਮ੍ਰਿਤ ਔਲਖ, ਭੂਰੀ ਛੰਨਾ ਵਾਲਾ, ਦੀਪ ਦਬੁਰਜੀ, ਬੰਟੀ ਡਿੱਬਾ, ਭੀਮ ਦੁਬਲੀ, ਰਵੀ ਸਾਹੋਕੇ, ਬੱਬੂ ਭਿੰਦਰ, ਰਾਜੂ ਕੋਟਲਾ ਭੜੀ, ਪਾਲਾ ਚਲਾਲਪੁਰ। ਹਾਲਾਂਕਿ ਦੋਸਤੋ ਦੁੱਲੇ ਦੇ ਖੇਡਣ ਦੇ ਸਸਪੈਂਸ ਵਾਲੇ ਬਣਿਆ ਹੋਇਆ ਹੈ, ਕਿਉਂਕਿ ਦੋਸਤੋ ਕਾਫੀ ਦਿਨ ਪਹਿਲਾਂ ਦੁੱਲੇ ਦੇ ਸੱਟ ਲੱਗ ਗਈ ਸੀ, ਜਿਸ ਕਰਕੇ ਉਹ ਕਾਫੀ ਦਿਨਾਂ ਤੋਂ ਅਜੇ ਤੱਕ ਖੇਡਿਆ ਨਹੀਂ। ਇਸ ਤੋਂ ਇਲਾਵਾ ਦੋਸਤੋ ਹਰਿਆਣੇ ਦੇ ਖਿਡਾਰੀ ਸੀਲੂ ਬਾਹੂ ਅਕਬਰਪੁਰ, ਰਵੀ ਦੇਵਰਾ, ਬੇਨੇ ਖੱਤਰੀ, ਰਿੰਕੂ ਖਰੈਟੀ, ਇਹਨਾਂ ਤੋਂ ਇਲਾਵਾ ਦੋਸਤੋ ਹੋਰ ਬਹੁਤ ਸਾਰੇ ਸੁਪਰ ਸਟਾਰ ਖਿਡਾਰੀ ਹਿੱਸਾ ਲੈਣਗੇ, ਜਿਹੜੇ ਕਿ ਦੋਸਤੋ ਕੈਨੇਡਾ ਦੀ ਧਰਤੀ 'ਤੇ ਪਹਿਲਾਂ ਵੀ ਖੇਡ ਚੁੱਕੇ ਨੇ। ਬਾਕੀ ਦੋਸਤੋ ਉਹਨਾਂ ਖਿਡਾਰੀਆਂ ਨੂੰ ਛੱਡ ਕੇ ਸਾਰੇ ਹੀ ਖੇਡਣਗੇ, ਜਿਹੜੇ ਕਿ ਦੋਸਤੋ ਪਿਛਲਾ ਵਰਲਡ ਕਬੱਡੀ ਕੱਪ ਖੇਡੇ ਸੀ, ਜੋ ਕਿ ਦੋਸਤੋ ਸੰਦੀਪ ਨੰਗਲੰਬੀਆਂ ਦੇ ਵਿਰੋਧੀਆਂ ਦਾ ਸੀ। ਜਿਹੜੇ ਖਿਡਾਰੀ ਉਸ ਕਬੱਡੀ ਕੱਪ ਦੇ ਵਿੱਚ ਖੇਡੇ ਸੀ ਉਹਨਾਂ ਖਿਡਾਰੀਆਂ ਨੂੰ ਛੱਡ ਕੇ ਬਾਕੀ ਦੋਸਤੋ ਕੈਨੇਡਾ ਵਿਖੇ ਪਹੁੰਚ ਚੁੱਕੇ ਸਾਰੇ ਹੀ ਖਿਡਾਰੀ ਖੇਡਣਗੇ। ਬਾਕੀ ਦੋਸਤੋ ਇਹ ਕਬੱਡੀ ਕੱਪ ਪੂਰੀ ਤਰ੍ਹਾਂ ਸੰਦੀਪ ਨੰਗਲੰਬੀਆਂ ਦੇ ਨਾਮ ਹੋਵੇਗਾ, ਜਿਸ ਦੀ ਦੋਸਤੋ ਮੇਜ਼ਬਾਨੀ ਕਰੇਗਾ ਮੈਟਰੋ ਪੰਜਾਬੀ ਸਪੋਰਟਸ ਕਲੱਬ। ਤਾਂ ਦੋਸਤੋ ਇਹ ਕਬੱਡੀ ਕੱਪ ਖੇਡਿਆ ਜਾਵੇਗਾ ਫਸਟ ਅੰਟਾਰੀਓ ਸੈਂਟਰ ਦੇ ਸਟੇਡੀਅਮ ਦੇ ਵਿੱਚ। ਬਾਕੀ ਦੋਸਤੋ ਇਸ ਕਬੱਡੀ ਕੱਪ ਦੇ ਲਈ ਤਕਰੀਬਨ ਸਾਰੀਆਂ ਹੀ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ। ਕੁੱਲ ਮਿਲਾ ਕੇ ਦੋਸਤੋ ਇਹ ਕਬੱਡੀ ਕੱਪ ਪੂਰਾ ਸਿਰਾ ਹੋਣ ਵਾਲਾ ਹੈ। ਬਾਕੀ ਦੋਸਤੋ ਜੇਕਰ ਆਪਾਂ ਗੱਲ ਕਰੀਏ ਇਸ ਕਬੱਡੀ ਕੱਪ ਦੇ ਲਾਈਵ ਦੀ, ਤਾਂ ਇਸ ਕਬੱਡੀ ਕੱਪ ਦਾ ਲਾਈਵ ਚੱਲੇਗਾ ਲਾਈਵ ਕਬੱਡੀ ਯੂਟਿਊਬ ਚੈਨਲ 'ਤੇ, ਜੋ ਕਿ ਹਮੇਸ਼ਾ ਕੈਨੇਡਾ ਦੇ ਕਬੱਡੀ ਕੱਪਾਂ ਦਾ ਲਾਈਵ ਦਿਖਾ ਰਿਹਾ ਹੈ। ਇਸ ਤੋਂ ਇਲਾਵਾ ਦੋਸਤੋ ਜੇਕਰ ਆਪਾਂ ਗੱਲ ਕਰੀਏ ਇਸ ਕਬੱਡੀ ਕੱਪ ਦੇ ਟਾਈਮ ਦੀ, ਉਸਦੇ ਵਿੱਚ ਦੋਸਤੋ ਕੈਨੇਡਾ ਵਾਲੇ ਕਬੱਡੀ ਕੱਪ ਤਕਰੀਬਨ ਸਾਰੇ ਹੀ 11 ਵਜੇ ਸ਼ੁਰੂ ਹੁੰਦੇ ਨੇ, ਕਿਉਂਕਿ ਦੋਸਤੋ ਕੈਨੇਡਾ ਦੇ ਜ਼ਿਆਦਾਤਰ ਕਬੱਡੀ ਕੱਪ ਤਕਰੀਬਨ 11 ਵਜੇ ਸ਼ੁਰੂ ਹੋਏ ਨੇ। ਬਾਕੀ ਦੋਸਤੋ ਜੇਕਰ ਫਿਰ ਵੀ ਇਹ ਕਬੱਡੀ ਕੱਪ ਪਹਿਲਾਂ ਜਾਂ ਬਾਅਦ ਵਿੱਚ ਸ਼ੁਰੂ ਹੁੰਦਾ ਹੈ, ਅਸੀਂ ਤੁਹਾਨੂੰ ਵੀਡੀਓ ਪਾ ਕੇ ਦੱਸ ਦੇਵਾਂਗੇ। ਸੋ ਦੋਸਤੋ ਤੁਹਾਨੂੰ ਇਸ ਕਬੱਡੀ ਕੱਪ ਦਾ ਕਿੰਨਾ ਇੰਤਜ਼ਾਰ ਹੈ ਉਹ ਵੀ ਦੱਸਿਓ। ਬਾਕੀ ਦੋਸਤੋ ਅੱਜ ਤੁਹਾਡੇ ਹਿਸਾਬ ਦੇ ਨਾਲ ਕਿਹੜਾ ਖਿਡਾਰੀ ਬੈਸਟ ਲੈ ਕੇ ਜਾਵੇਗਾ? ਇਸ ਤੋਂ ਇਲਾਵਾ ਦੋਸਤੋ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਤਾਂ ਦੋਸਤੋ ਇਹ ਸੀ ਇਸ ਕਬੱਡੀ ਕੱਪ ਸੰਬੰਧੀ ਕੁਝ ਅਪਡੇਟ। ਬਾਕੀ ਦੋਸਤੋ ਆਉਣ ਵਾਲੇ ਕਬੱਡੀ ਕੱਪਾਂ ਦੀ ਜਾਣਕਾਰੀ ਦੇ ਲਈ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ। ਇਸ ਤੋਂ ਇਲਾਵਾ ਦੋਸਤੋ ਆਪਾਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਨਾਲ।